ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਮੈਨੂੰ ਆਪਣੀਆਂ ਪੁਰਾਣੀਆਂ ਵੀਡੀਓ ਦੇ ਕਮੈਂਟ ਜਦੋਂ ਮੈਂ ਰੀਡ ਕੀਤੇ ਤਾਂ ਕਾਫੀ ਵੀਰਾਂ ਦੇ ਕਮੈਂਟ ਵਿੱਚ ਜ਼ਿਆਦਾਤਰ ਇਹ ਲਿਖਿਆ ਸੀ ਕਿ ਭਾਅ ਜੀ ਸਾਨੂੰ ਬਿਗਨਰ ਵਾਸਤੇ ਮਤਲਬ ਕਿ ਆਪਾਂ ਪੁਸ਼ਅਪਸ ਸਟਾਰਟ ਕਰਨਾ ਚਾਹੁੰਦੇ ਹਾਂ, ਸਪਾਟੇ ਪੁਸ਼ਅਪ ਜਿਹੜੇ ਹੁੰਦੇ ਆ ਦੇਸੀ ਡੰਡ ਬੈਠ ਕੇ ਹੁੰਦੇ ਆ, ਉਹ ਆਪਾਂ ਸਟਾਰਟ ਕਰਨਾ ਚਾਹੁੰਦੇ ਹਾਂ ਅਤੇ ਉਹਨੂੰ ਆਪਾਂ ਵਧਾਉਣਾ ਏ ਅਤੇ ਉਹ ਕਿਵੇਂ ਵਧਾ ਸਕਦੇ ਹਾਂ। ਅਤੇ ਅੱਜ ਉਹਨਾਂ ਭਰਾਵਾਂ ਵਾਸਤੇ ਮੈਂ ਬਿਗਨਰ ਸਿਰਫ ਬਿਗਨਰਸ ਲਈ ਮੈਂ ਇਹ ਵਰਕਆਊਟ ਲੈ ਕੇ ਆਇਆ ਅੱਜ ਦੀ ਵੀਡੀਓ। ਅਤੇ ਅੱਜ ਦੀ ਵੀਡੀਓ 'ਚ ਆਪਾਂ 100 ਸਪਾਟਾ ਲਾਵਾਂਗੇ ਅਤੇ ਬਹੁਤ ਹੀ ਮਤਲਬ ਕਿ ਸੌਖੇ ਤਰੀਕੇ ਨਾਲ ਆਪਾਂ ਇਹ 100 ਸਪਾਟਾ ਜਿਹੜਾ ਕੰਪਲੀਟ ਕਰਾਂਗੇ। ਅਤੇ ਉਹ ਕੰਪਲੀਟ ਆਪਾਂ ਇਸ ਤਰ੍ਹਾਂ ਕਰਨਾ ਵਾ ਕਿ ਆਪਾਂ 100 ਜਿਹੜਾ ਸਪਾਟਾ ਲਾਉਣਾ ਇਹਨੂੰ ਆਪਾਂ 4 ਹਿੱਸਿਆਂ 'ਚ ਡਿਵਾਈਡ ਕਰਾਂਗੇ, ਮਤਲਬ ਕਿ ਇਹਦੇ 4 ਅਲੱਗ ਅਲੱਗ ਪਾਰਟ ਬਣਾਵਾਂਗੇ। ਪਹਿਲਾ ਪਾਰਟ ਉਹ ਵੀ 25 ਪੁਸ਼ਅਪ 25 ਸਪਾਟੇ, ਦੂਜਾ ਵੀ 25 ਸਪਾਟੇ, ਤੀਜਾ ਵੀ 25 ਸਪਾਟੇ ਅਤੇ ਲਾਸਟ ਚੌਥਾ 25 ਸਪਾਟੇ। ਜੇ ਆਪਾਂ 4 ਹਿੱਸੇ ਮਤਲਬ ਕਿ ਕੰਪਲੀਟ ਕਰਦੇ ਹਾਂ ਤਾਂ ਆਪਣੇ 100 ਸਪਾਟਾ ਜਿਹੜਾ ਉਹ ਕੰਪਲੀਟ ਹੋ ਜਾਂਦਾ। ਅਤੇ ਇੱਦਾਂ ਤੁਸੀਂ ਹੌਲੀ ਹੌਲੀ ਕਰਕੇ ਵਧਾ ਸਕਦੇ ਹੋ ਆਪਣੇ ਸਪਾਟੇ ਪੁਸ਼ਅਪ ਡੰਡ ਬੈਠਕ, ਇਹ ਵਧਾ ਸਕਦੇ ਹੋ ਹੌਲੀ ਹੌਲੀ। ਅਤੇ ਸਭ ਤੋਂ ਮਤਲਬ ਕਿ ਸੌਖਾ ਤਰੀਕਾ ਅਤੇ ਈਜ਼ੀ ਵੇ ਆ ਪੁਸ਼ਅਪ ਨੂੰ ਇਨਕਰੀਜ਼ ਕਰਨ ਦਾ ਅਤੇ ਆਪਣੀ ਸਟਰੈਂਥ ਸਟੈਮਿਨਾ ਪਾਵਰ ਵਧਾਉਣ ਦਾ। ਸੋ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਕਰਦੇ ਹਾਂ ਆਪਣਾ ਵਰਕਆਊਟ ਸਟਾਰਟ।